ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਆਪਾਂ ਗੱਲ ਕਰਾਂਗੇ ਲਗਾਤਾਰ ਜਦੋਂ ਆਪਾਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਵੱਲ ਦੇਖਦੇ ਆ ਜਿਹੜੇ ਸਟੂਡੈਂਟਸ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੇ ਅਪਲਾਈ ਕਰਦੇ ਨੇ ਉਹਨਾਂ ਦਾ ਤਾਂ ਬਹੁਤ ਚੰਗਾ ਸਕਸੈਸ ਰੇਟ ਆਪਾਂ ਅੱਜ ਦੇ ਟਾਈਮ ਵਿੱਚ ਦੇਖ ਰਹੇ ਆ ਪਰ ਨਾਲ ਦੀ ਨਾਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਕਿਸ ਤਰ੍ਹਾਂ ਦਾ ਸਕਸੈਸ ਰੇਟ ਹੈ ਕਿਵੇਂ ਹੈ ਜੋ ਸਟੂਡੈਂਟ ਹੈ ਅਪਲਾਈ ਕਰਵਾ ਸਕਦੇ ਆ ਪੇਰੈਂਟਸ ਉਸ ਤੋਂ ਕਿਹੜੀ ਕਲਾਸ ਤੱਕ ਕਿੰਨੀ ਪਰਸੈਂਟੇਜ ਔਰ ਕੀ ਕੀ ਹੋ ਰਿਕੁਆਇਰਮੈਂਟਸ ਨੇ ਪੇਰੈਂਟਸ ਨੇ ਕਿਹੜ ਔਰ ਪੂਰੀ ਡਿਟੇਲ ਵਿੱਚ ਇਨਫੋਰਮੇਸ਼ਨ ਜ਼ਰੂਰ ਅੱਜ ਦੀ ਵੀਡੀਓ ਵਿੱਚ ਰਹਿਣ ਵਾਲੀ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਧਿਆਨ ਨਾਲ ਸੁਣਿਓ ਤੇ ਵੇਖਿਓ ਅੱਜ ਦੀ ਵੀਡੀਓ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਉੱਪਰ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ 28 ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਮੈਮ ਹਰੇਕ ਗੱਲ ਤੁਹਾਨੂੰ ਜੋ ਹੈ ਪੁਕਤਾ ਤੌਰ ਤੇ ਦੱਸ ਰਹੀ ਹੁੰਦੇ ਨੇ ਕਿਉਂਕਿ ਕਈ ਸਾਰੀ ਪ੍ਰੋਫਾਈਲਸ ਉੱਪਰ ਕੰਮ ਕੀਤਾ ਹੋਇਆ ਮੈਮ ਨੇ ਪ੍ਰੋਫਾਈਲ ਨੂੰ ਦੇਖਦੇ ਸਾਰ ਡਾਕੂਮੈਂਟਸ ਨੂੰ ਦੇਖਦੇ ਸਾਰ ਹੀ ਦੱਸ ਸਕਦੇ ਨੇ ਕਿ ਸਟੂਡੈਂਟ ਨੂੰ ਕਿਹੜੀ ਆਪਸ਼ਨ ਦੇ ਨਾਲ ਲੱਗੇ ਵਧਣਾ ਚਾਹੀਦਾ ਸੋ ਮੈਮ ਅੱਜ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਆਪਾਂ ਕਰਨ ਜਾ ਰਹੇ ਹਾਂ ਸਟੱਡੀ ਵੀਜ਼ਾ ਜਿਵੇਂ ਪਲੱਸ 2 ਤੋਂ ਬਾਅਦ ਸਟੂਡੈਂਟ ਕੋਈ ਅਪਲਾਈ ਕਰ ਰਿਹਾ ਉਹਨਾਂ ਦੇ ਤਾਂ ਆਪਾਂ ਬਹੁਤ ਚੰਗਾ ਸਕਸੈਸ ਰੇਟ ਦੇਖ ਰਹੇ ਹਾਂ ਪਰ ਸਕੂਲਿੰਗ ਵੀਜ਼ਾ ਦੇ ਵਿੱਚ ਕਿਸ ਤਰ੍ਹਾਂ ਦਾ ਟ੍ਰੈਂਡ ਚੱਲ ਰ ਗਾ ਸਕਦੇ ਨੇ ਹਰ ਜੋ ਦੇਖੋ ਸਕੂਲਿੰਗ ਵੀਜ਼ਾ ਜਿਹੜਾ ਹੈ ਨਾ ਉਹ ਹਰ ਬੰਦਾ ਅਥੋਰਾਈਜ਼ ਨਹੀਂ ਹੈ ਜਿਹੜਾ ਆਸਟ੍ਰੇਲੀਆ ਦੇ ਵਾਸਤੇ ਜੀ ਜੀ ਅਸੀਂ ਵਿਕਟੋਰੀਅਨ ਗਵਰਨਮੈਂਟ ਦੀ ਤਰਫ ਤੋਂ ਸਾਡੀ ਕੰਪਨੀ ਜਿਹੜੀ ਹੈ ਜਿੰਨੇ ਸਕੂਲ ਵਿਕਟੋਰੀਆ ਦੇ ਵਿੱਚ ਹੈ ਮੀਨਸ ਮੈਲਬੌਰਨ ਦਾ ਏਰੀਆ ਜਾਂ ਜਿੰਨਾ ਵੀ ਪੂਰਾ ਵਿਕਟੋਰੀਆ ਉਹਦੇ ਵਾਸਤੇ ਅਸੀਂ ਅਥੋਰਾਈਜ਼ਡ ਆ ਜੀ ਹੁਣ ਕਿਉਂ ਸਕੂਲਿੰਗ ਵੀਜ਼ਾ ਕਰਨਾ ਚਾਹੀਦਾ ਕਿਉਂਕਿ ਜਿਹੜਾ ਤੁਹਾਨੂੰ ਪਤਾ ਯੂਨੀਵਰਸਿਟੀ ਲੈਵਲ ਤੇ ਕਈ ਵਾਰੀ ਫੀਸਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਜਾਂ ਵੀਜ਼ੇ ਦੀ ਹੋਰ ਕਈ ਸਾਰੀ ਚੈਲੰਜੇਜ਼ ਆ ਜਾਂਦੇ ਆ ਜਿਹੜਾ ਕਿ ਸਕੂਲਿੰਗ ਵੀਜ਼ੇ ਚ ਨਹੀਂ ਆਉਂਦਾ ਸਕੂਲਿੰਗ ਵੀਜ਼ਾ ਸਾਡਾ ਪਰਸੋਂ ਵੈਬਿਨਾਰ ਹੋਇਆ ਅੰਬੈਸੀ ਤੋਂ ਉਹਦੇ ਵਿੱਚ ਕਲੀਅਰ ਕਿਹਾ ਗਿਆ ਕਿ ਸਭ ਤੋਂ ਜ਼ਿਆਦਾ ਜਿਹੜੀ ਹੁਣ ਸਾਡੀ ਪ੍ਰਾਇੋਰਟੀ ਵੀਜ਼ਾ ਦੇਂਦੀ ਹੈ ਯਾ ਤੇ ਅਸੀਂ ਸਕੂਲਿੰਗ ਵੀਜ਼ਾ ਜਾਂ ਪੀ ਐਚ ਡੀ ਸਟੂਡੈਂਟਸ ਤੁਸੀਂ ਇਹ ਦੇਖੋ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਜਿਹੜੇ ਪਿਛਲੇ ਦਿਨਾਂ ਚ ਅਸੀਂ ਜਿੰਨੇ ਸਕੂਲਿੰਗ ਵੀਜ਼ਾ ਦੀ ਫਾਈਲਾਂ ਲਗਾਈਆਂ ਸਾਰਿਆਂ ਦੇ ਵੀਜ਼ੇ ਆਏ ਤੇ ਇਹਨਾਂ ਦੀ ਪ੍ਰਾਇੋਰਟੀ ਚੇਂਜ ਹੋ ਗਈਆਂ ਇਹ ਕਹਿੰਦੇ ਜੇ ਬੱਚਾ ਉੱਥੇ ਜਾ ਕੇ ਛੋਟੇ ਚ ਚਲਾ ਜਾਏ ਸਿਕਸ ਥਾਨਵਰਡ ਸਕੂਲਿੰਗ ਵੀਜ਼ਾ ਅਸੀਂ ਪ੍ਰਮੋਟ ਕਰਦੇ ਆ ਵੈਸੇ ਤੇ 3rd ਕਲਾਸ ਤੋਂ ਸ਼ੁਰੂ ਹੋ ਜਾਂਦਾ ਔਰ 11th ਤੱਕ ਬੱਚਾ ਜਦ ਮਰਜ਼ੀ ਐਡਮਿਸ਼ਨ ਲੈ ਸਕਦਾ 3A ਬੱਚਾ ਜਦੋਂ ਉੱਥੇ ਮੰਨ ਲਓ 11th ਵਿੱਚ ਗਿਆ ਜਾਂ 10th ਵਿੱਚ ਗਿਆ ਇੰਨੇ ਸਕੂਲ ਦੀ ਜਿਹੜੀ ਫੀਸ ਹੈ ਉਹ 13-14000 ਡਾਲਰ 15 ਡਿਪੈਂਡ ਕਰਦਾ ਕਲਾਸ ਦੇ ਹਿਸਾਬ ਨਾਲ ਹੁੰਦੀ ਹੈ ਔਰ ਸਰਕਾਰੀ ਸਕੂਲ ਹੈ ਯੂਨੀਵਰਸਿਟੀ ਦੀ ਫੀਸਾਂ 30-30 40-40000 ਡਾਲਰ ਹੁਣ ਜਦੋਂ ਸਟੂਡੈਂਟ ਉੱਥੇ ਪਹੁੰਚ ਗਿਆ ਪਹੁੰਚਣ ਦੇ ਬਾਅਦ ਉਹ ਸਿਸਟਮ ਚ ਐਬਜ਼ਾਰਬ ਹੋ ਗਿਆ ਜਸ ਸਿਸਟਮ ਜਿਹੜਾ ਬੱਚਾ ਅਬ ਐਬਜ਼ਾਰਬ ਹੋ ਗਿਆ ਤੇ ਉਹਦੇ ਵਾਸਤੇ ਜਿਹੜਾ ਚੰਗੀ ਯੂਨੀਵਰਸਿਟੀਆਂ ਚ ਸਕਾਲਰਸ਼ਿਪ ਤੇ ਐਡਮਿਸ਼ਨ ਲੈਣਾ ਬਹੁਤ ਸੌਖਾ ਹੈ ਜੀ ਠੀਕ ਹੈ ਹੁਣ ਇਹ ਸਟੂਡੈਂਟ ਜਿਹੜਾ ਜਦ ਉੱਥੇ ਐਡਮਿਸ਼ਨ ਲੈਂਦਾ ਹੈ ਤੇ ਇਹਨੂੰ ਤੁਸੀਂ ਦੇਖੋ ਲੋਕਲ ਸਟੂਡੈਂਟ ਵਾਂਗੂ ਹੋ ਗਿਆ ਕਿਉਂਕਿ ਉੰਨੇ ਸਕੂਲਿੰਗ ਉੱਥੇ ਕੀਤੀ ਆ ਉਹਦੇ ਨਾਲ ਕੀ ਹੋ ਗਿਆ ਕਿ ਇਹਦਾ ਉੱਥੇ ਪਕੜ ਬਣ ਗਈ ਆਸਟ੍ਰੇਲੀਅਨ ਸਿਸਟਮ ਤੇ ਉਹਨੂੰ ਐਜੂਕੇਸ਼ਨ ਦਾ ਪਤਾ ਚੱਲ ਗਿਆ ਲੋਕਲ ਸਟੂਡੈਂਟਸ ਨਾਲ ਪੜਿਆ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਹੈ ਜਾ ਸਕੂਲਿੰਗ ਲੈਵਲ ਤੇ ਆ ਉਹ ਬਹੁਤ ਜ਼ਿਆਦਾ ਨਹੀਂ ਹੈ ਤੇ ਲੋਕਲ ਓਜ਼ੀ ਬੱਚਾ ਬਹੁਤ ਜ਼ਿਆਦਾ ਹੈ ਤੇ ਉਹਨਾਂ ਦੇ ਜਿਹੜਾ ਆਚਾਰ ਵਿਵਹਾਰ ਉਹਨਾਂ ਦੇ ਵਿੱਚ ਕਿਉਂਕਿ ਜੇ ਇਹ ਬੱਚੇ ਨੇ ਉੱਥੇ ਹੀ ਰਹਿਣਾ ਉਹਦਾ ਮਕਸਦ ਹੈ ਕਿ ਮੈਂ ਯੂਨੀਵਰਸਿਟੀ ਤੱਕ ਉੱਥੇ ਪੜ੍ਹਾਈ ਕਰਨੀ ਹੈ ਫਿਰ ਪੋਸਟ ਸਟਡੀ ਵਰਕ ਪਰਮਿਟ ਲੈਣਾ ਫਿਰ ਮੈਂ ਅੱਗੇ ਆਪਣੀ ਰਾਹ ਦੇਖਣੀ ਹੈ ਤੇ ਸਕੂਲਿੰਗ ਵੀਜ਼ਾ ਸਭ ਤੋਂ ਈਜ਼ੀ ਹੈ ਪੇਰੈਂਟਸ ਨਾਲ ਜਾ ਸਕਦੇ ਆ ਫੰਡ ਤੁਸੀਂ ਥੋੜੇ ਦਿਖਾਣੇ ਇੱਕ ਸਾਲ ਦੇ ਆਪਣੇ ਐਕਸਪੈਂਸਸ ਇਨਕਮ ਦਿਖਾਣੀ ਹੈ ਐਂਡ ਤੁਹਾ ਪੇਰੈਂਟਸ ਵੀ ਨਾਲ ਜਾ ਸਕਦੇ ਆ ਸਕੂਲਿੰਗ ਵੀਜ਼ਾ ਦੇ ਵਿੱਚ ਜੀ 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 ਬਿਲਕੁਲ ਦੇਖੋ ਪੇਰੈਂਟਸ ਵੀ ਨਾਲ ਜਾ ਸਕਦੇ ਨੇ ਔਰ ਕਿੰਨਾ ਕਈ ਸਾਰੀ ਚੀਜ਼ਾਂ ਦਾ ਤੁਹਾਨੂੰ ਸੌਖਾ ਰਸਤਾ ਜੋ ਹੈ ਇੱਕ ਸਕੂਲਿੰਗ ਵੀਜ਼ਾ ਦਿਖਾਉਂਦਾ ਔਰ ਖਾਸ ਹੋਤੇ ਜਦੋਂ ਆਪਾਂ ਅਪਲਾਈ ਕਰਨ ਨੂੰ ਦੀ ਗੱਲ ਕਰੀਏ ਤਾਂ ਨੈਵੀਗੇਟਰਸ ਓਵਰਸੀਜ਼ ਜਿਵੇਂ ਕਿ ਮੈਮ ਨੇ ਦੱਸਿਆ ਵਿਕਟੋਰੀਆ ਗਵਰਨਮੈਂਟ ਤੋਂ ਅਥੋਰਾਈਜ਼ਡ ਨੇ ਜੋ ਕਿ ਅਪਲਾਈ ਔਰ ਦੂਜਾ ਇਹ ਹੈ ਕਿ ਹਾਈ ਕਮਿਸ਼ਨ ਨੇ ਕਲੀਅਰਲੀ ਕਿਹਾ ਕਿ ਸਭ ਤੋਂ ਜ਼ਿਆਦਾ ਵੀਜ਼ਾ ਸੀ ਹੁਣ ਸਕੂਲਿੰਗ ਨੂੰ ਦਵਾਂਗੇ ਜੀ ਜੀ ਸਭ ਤੋਂ ਜ਼ਿਆਦਾ ਵੀਜ਼ਾ ਅਸੀਂ ਪੀ ਐਚ ਡੀ ਵਾਲੇ ਪ੍ਰੋਗਰਾਮ ਡਾਕਟੋਰੇਟ ਪ੍ਰੋਗਰਾਮ ਵਾਸਤੇ ਦਵਾਂਗੇ ਉਹ ਇੱਕ ਅਲੱਗ ਕੈਟਾਗਰੀ ਹੋ ਗਈ ਸਾਨੂੰ ਤੇ ਸਕੂਲ ਦਾ ਜਿਹੜਾ ਬੱਚਾ ਜਾ ਰਿਹਾ ਮਾਪੇ ਜਾਣ ਦੇ ਚਾਹਵਾਨ ਹੈ ਉੱਥੇ ਇੱਕ ਜ਼ਰ ਲੈਣਾ ਚਾਹੁੰਦੇ ਆ ਬੱਚੇ ਦਾ ਧਿਆਨ ਰੱਖਣਾ ਚਾਹੁੰਦੇ ਆ ਅਸੀਂ ਤੇ ਉਸ ਕੈਟਾਗਰੀ ਨੂੰ ਕਹਿ ਰਹੇ ਆ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਸਕੂਲਿੰਗ ਵੀਜ਼ੇ ਚ ਫਾਈਲ ਲਗਾਓ ਫੀਸ ਖਾਲੀ 6 ਮਹੀਨੇ ਦੀ ਜਾਣੀ ਆ 5-7 ਲੱਖ ਤੁਸੀਂ ਬੱਚੇ ਦੇ ਨਾਲ ਨਿਕਲ ਜਾਓਗੇ ਇਸ ਤੋਂ ਵਧੀਆ ਤੁਹਾਨੂੰ ਕੀ ਮਤਲਬ ਔਰ 골ਡਨ অপরচুনিটি ਚਾਹੀਦੀ ਇੱਥੇ ਵੀ ਅਸੀਂ ਵਧੀਆ ਸਕੂਲ ਚ ਜਾ ਕੇ ਐਡਮਿਸ਼ਨ ਕਰਾਣੇ ਆ ਇਸ ਤੋਂ ਜ਼ਿਆਦਾ ਹੀ ਖਰਚਾ ਆਉਂਦਾ ਅਸਲ ਵਿੱਚ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਵਿਕਟੋਰੀਆ ਗਵਰਨਮੈਂਟ ਤੋਂ ਅਥੋਰਾਈਜ਼ਡ ਕੰਪਨੀ ਨੈਵੀਗੇਟਰਜ਼ ਓਵਰਸੀਜ਼ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਲਈ ਸਹੀ ਅਤੇ ਸਟੀਕ ਪੂਰੀ ਜਾਣਕਾਰੀ ਤੁਹਾਨੂੰ ਇੱਥੋਂ ਮਿਲਣ ਵਾਲੀ ਹੈ ਅਪਲਾਈ ਕਰੋਗੇ ਪੂਰਾ ਸਹੀ ਆਪਸ਼ਨ ਤੁਹਾਨੂੰ ਦੱਸਿਆ ਜਾਣ ਗਿਆ ਸਹੀ ਪੂਰਾ ਪ੍ਰੋਸੀਜਰ ਸਮਝਾਇਆ ਜਾਏਗਾ ਇਸ ਦੇ ਲਈ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਜ਼ ਓਵਰਸੀਜ਼ ਆ ਇਸ ਉਪਰ ਕਾਲ ਕਰਕੇ ਪੂਰੀ ਜਾਣਕਾਰੀ ਲਓ ਪਰ ਬਹੁਤ ਹੀ ਚੰਗਾ ਹੋਏਗਾ ਜੇਕਰ ਤੁਸੀਂ ਨੈਵੀਗੇਟਰਜ਼ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰਦੇ ਹੋ ਤਾਂ ਕਿ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ ਅਸੈਸਮੈਂਟ ਕੀਤੀ ਜਾ ਸਕੇ ਦੇਖਿਆ ਜਾ ਸਕੇ ਤੁਹਾਨੂੰ ਚੀਜ਼ਾਂ ਅ ਤੁਸੀਂ ਪੂਰੀ ਤਿਆਰੀ ਦੇ ਨਾਲ ਆਪਣੀ ਬੱਚੇ ਦੀ ਫਾਈਲ ਦੇ ਉੱਪਰ ਕੰਮ ਕਰ ਸਕੋ ਤੇ ਇਸ ਨੰਬਰ ਤੇ ਕਾਲ ਕਰੋ ਜਾਂ ਫਿਰ ਨੈਵੀਗੇਟਰਜ਼ ਓਵਰ ਸੀਜ਼ ਆਫਿਸ ਜ਼ਰੂਰ ਵਿਜ਼ਿਟ ਕਰੋ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਇਸ ਵੀਡੀਓ ਦੇ ਜ਼ਰੀਏ ਬਹੁਤ ਚੰਗੇ ਢੰਗ ਦੇ ਨਾਲ ਸਮਝਾਇਆ ਕਿ ਸਟੂਡੈਂਟਸ ਦੇ ਲਈ ਪੇਰੈਂਟਸ ਨੂੰ ਕਿਵੇਂ ਪਹਿਲਾਂ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਸਕੂਲਿੰਗ ਵੀਜ਼ਾ ਅੱਜ ਦੇ ਟਾਈਮ ਵਿੱਚ ਇੱਕ ਬੈਸਟ ਆਪਸ਼ਨ ਸਟੂਡੈਂਟਸ ਲਈ ਨਜ਼ਰ ਆ ਰਹੀ ਹੈ ਸੋ ਅਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਤਾਂ ਕਿ ਸਟੂਡੈਂਟਸ ਅਵੇਅਰ ਹੁੰਦੇ ਰਹਿਣ ਫਿਲਹ